ਕਰਵਾ ਚੌਥ ਅਤੇ ਦੀਵਾਲੀ ਤਿਉਹਾਰ ਦੇ ਆਗਮਨ ਨੂੰ ਲੈ ਕੇ ਲੁਧਿਆਣਾ ਦੇ ਸਥਾਨਕ ਹੋਟਲ ਵਿਖੇ 2 ਦਿਵਸੀ ਸੈਲੀਬ੍ਰੇਸ਼ਨ ਕਰਵਾ ਦੀਵਾਲੀ ਨਾਂ ਦਾ ਪ੍ਰਦਰਸ਼ਨੀ ਦਾ ਆਯੋਜਨ ਹੋਇਆ। ਇਸ ਪ੍ਰਦਰਸ਼ਨੀ ਦਾ ਉਦਘਾਟਨ ਵੁਮਨ ਹੈਲਪਲਾਈਨ ਦੀ ਚੇਅਰਪਰਸਨ ਸਿੰਮੀ ਪਾਸ਼ਾਨ ਨੇ ਕੀਤਾ। ਇਸ ਪ੍ਰਦਰਸ਼ਨੀ ਨੂੰ ਲੈ ਕੇ ਲੋਕਾਂ ਦਾ ਕਾਫੀ ਭਰਵਾਂ ਹੁੰਗਾਰਾ ਮਿਲਿਆ। ਬਹੁਤ ਅੱਛੀ ਐਗਜ਼ੀਬਿਸ਼ਨ ਹੈ, ਸਾਰਾ ਨਿਆ ਇਕਦਮ ਸਟਾਈਲ ਕੇ, ਸਾਰੇ ਅੱਛੇ ਅੱਛੇ ਡਰੈਸਿਸ, ਸੂਟਸ ਔਰ ਆਰਟੀਫਿਸ਼ਲ ਜਿਊਲਰੀ, ਐਵਰੀਥਿੰਗ ਔਨ ਵਨ ਪਲੇਟਫਾਰਮ। ਬਹੁਤ ਅੱਛਾ ਲੱਗ ਰਿਹਾ ਦੇਖ ਕਰ, ਔਰ ਆਈ ਬਲੈਸ ਦੇਮ ਕਿ ਇਨਕੀ ਐਗਜ਼ੀਬਿਸ਼ਨ ਬਹੁਤ ਅੱਛੀ ਜਾਏ। ਟੁਡੇ ਵੀ ਆਰ ਹੇਅਰ, ਦੇ ਹੈਵ ਔਰਗਨਾਈਜ਼ ਐਨ ਐਗਜ਼ੀਬਿਸ਼ਨ ਐਂਡ ਆਈ ਮਸਟ ਸੇ ਇਟਸ ਅ ਵੈਰੀ ਗੁੱਡ ਐਗਜ਼ੀਬਿਸ਼ਨ। ਇਟਸ ਅ ਓਪਰਚੁਨਿਟੀ ਫੋਰ ਦਾ ਲੇਡੀਜ਼ ਟੂ ਪੈਂਪਰ ਦੇਅਰ ਸੈਲਫ। ਯਹਾਂ ਪੇ ਯੂ ਕੈਨ ਸੀ ਪੰਜਾਬੀ ਜੁੱਤੀ, ਸੂਟ, ਸਾੜੀਜ਼, ਐਵਰੀਥਿੰਗ ਇਜ਼ ਅਵੇਲੇਬਲ ਅੰਡਰ ਵਨ ਰੂਫ ਐਂਡ like festive season is approaching, so it's very good opportunity for all of us to pamper ourselves. Cosmic being sade vallo sada chautha season lagaya gaya ji, inde vich assi diwali aur karwa shopping waste saryan waste nave nave dresses, apparels, jewelry aur footwears leke aaye ha, jinde vich sade kol around 40 stalls nave alag tarah de available ne, jinna ko different cheezan decorative home decor diyan saryan cheezan available ne। ਤੋ ਸਾਰਿਆਂ ਨੂੰ ਮੇਰੀ ਲੁਧਿਆਣਾ ਵਾਸੀਆਂ ਨੂੰ ਇਹ ਰਿਕੁਐਸਟ ਹੈ ਵੀ 1 ਔਰ 2 ਅਕਤੂਬਰ ਲੁਧਿਆਣਾ ਮਹਾਰਾਜਾ ਰੈਜੈਂਸੀ ਦੇ ਵਿੱਚ ਇਹ ਐਗਜ਼ੀਬਿਸ਼ਨ ਚੱਲ ਰਹੀ ਹੈ, ਤੁਸੀਂ ਸਾਰੇ ਇੱਥੇ ਆਓ, ਤੁਹਾਨੂੰ ਇੱਥੇ ਡਿਫਰੈਂਟ ਤਰ੍ਹਾਂ ਦੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ। ਲੁਧਿਆਣਾ ਤੋਂ ਯੋਗੇਸ਼ ਕਪੂਰ ਨਾਲ ਬੌਬੀ ਕਾਠੀਆ ਦੀ ਰਿਪੋਰਟ, ਚੈਨਲ 2।